ਮਰੀਅਮ ਸਾਹਿਬ ਨੂੰ ਅੱਲਾ ਏਦੂ ਵੱਡਾ ਕੋਈ ਅਹੁਦਾ ਵੀ ਦੇਵੇ ਤਾਂ ਅੱਲਾ ਉਹਨੂੰ ਤੰਦਰੁਸਤੀ ਦੇਵੇ ਮਰੀਅਮ ਨਮਾਜ਼ ਨੂੰ। ਵੈਸੇ ਬਿੱਲ ਤਾਂ ਆਇਆ ਸਹੀ, ਲੇਕਿਨ ਆਪਾਂ ਪਾਪਾ ਜੀ ਜ਼ਰਾ ਦਿਲ ਦੀ ਧੜਕਣ ਤੇਜ਼ ਕਰਨੇ, ਦਾਦੇ ਨੂੰ ਦੱਸਣੇ ਆ ਕਿ ਯਾਰ ਬਿੱਲ ਬੜਾ ਆ ਗਿਆ, ਲੇਕਿਨ ਬਿੱਲ ਤਾਂ ਥੋੜ੍ਹਾ ਹੀ ਹੈ। ਚਲੋ ਕੋਈ ਗੱਲ ਨਹੀਂ, ਆ ਰਹੇ ਹੈ। ਬਿੱਲ ਆ ਗਿਆ, ਤੈਨੂੰ ਕੀ ਦੱਸਾਂ, ਬਿੱਲ ਬੜਾ ਆ ਗਿਆ ਜੀ। ਕਿੰਨਾ ਬਿੱਲ ਮੈਂ ਤੈਨੂੰ ਵਹਾ ਦਿੱਤਾ ਤੇ ਤੁਸੀਂ ਤਾਂ ਹੈਰਾਨ ਹੋ ਜਾਣਾ। ਪੂਤਾਂ ਦਾ ਉੱਠ, ਬਿੱਲ ਵੇਖ ਕਿੰਨਾ ਆ ਗਿਆ ਯਾਰ। ਉਹਨਾਂ ਨੇ ਨਾਲ ਇੱਕ ਪਰਚੀ ਗੱਲੀ ਹੈ, ਪਹਿਲੇ ਆ ਬਿੱਲ ਖਾਲੀ ਪਰਚੀ ਗੱਲੇ ਸਰ। ਜੀ ਅੱਲਾ ਦਾ ਸ਼ੁਕਰ ਹੈ, ਚੰਗੀ ਹੈ ਆਪਾਂ ਨੂੰ ਇਹਨਾਂ ਹੀ ਬਿੱਲ ਬਾ। ਓ ਯਾਰ ਬਿੱਲ ਤਾਂ ਵੇਖੋ ਕਿੰਨਾ ਆਇਆ। ਬੰਦ ਕੋ ਬਿੱਲ ਆਇਆ ਕਿੰਨਾ ਹੈ, ਕਿੰਨਾ ਆਇਆ ਬਿੱਲ? ਉਹ 7291 ਰੁਪਏ ਬਿੱਲ ਆ ਗਿਆ ਜੀ। ਹਾਂ ਹਾਂ, ਜਿਹੜਾ ਅਗਲਾ ਬਿੱਲ ਆਇਆ। ਯਾਰ ਪਾਪੇ ਨੂੰ ਬਾਹਰ ਖੜਾ, ਹੁਣ ਤਾਂ ਆਵਾਜ਼ ਮਾਰੋ ਜ਼ਰਾ। ਤੂੰ ਭਰ ਦੇ ਉਹਨੂੰ, ਸੁਣਾ ਉਹਨੂੰ, ਲੈ ਮੈਂ ਕਿਉਂ ਤਾਰਨਾ ਹੈ ਬਿੱਲ? ਉਹਨੇ ਤਾਰਨਾ ਹੈ, ਛੱਡਣਾ ਉਹਨੇ, ਮੈਂ ਕੀ ਕਰਾਂ, ਮੈਂ ਤਾਰਨਾ ਹੈ, ਉਹਨੇ ਸਮਝ ਆ ਜਾਵੇ। ਕੋਈ ਗੱਲ ਨਹੀਂ, ਉਹਨੂੰ ਬੁਲਾ ਦਾ, ਆਵਾਜ਼ ਨੂੰ ਬੁਲਾ ਲੈ, ਆਵਾਜ਼ ਤੇ ਮਾਰ ਇੱਕ ਰੀ ਉਹਨੂੰ ਜ਼ਰਾ। ਹੁਣ ਬਿੱਲ ਜਾ ਜਾ ਉਹਨੂੰ ਬੁਲਾ ਲਿਆ ਤੇ ਪਾਪੇ ਰੋ ਲਾ ਪਰਾ, ਤੁਸੀਂ ਉਹਨੂੰ ਬੁਲਾ ਦੀ ਭਾਵੇਂ ਜਿੰਨਾ ਮਰਜ਼ੀ। ਤੈਨੂੰ ਆਵਾਜ਼ ਮਾਰ ਚਾ, ਮੁੜ ਬਿੱਲ ਨਹੀਂ ਕਰਨਾ। ਤੁਸੀਂ ਪਰਚਾ ਪਹਿਲੇ ਕੱਢ ਕੇ ਬੈਠੇ ਜੀ, ਕੀ ਹੋਇਆ? ਕੀ ਹੈ, ਕੀ ਹੋਇਆ? ਪਾਪਾ ਇੱਥੇ ਬੈਠੋਗੇ ਤਾਂ ਫੇਰ ਹੀ ਹੈ ਨਾ। ਭਾਈ ਹੋਇਆ ਕੀ ਹੈ? ਸਲਾਮ ਅਲੈਕੁਮ ਜੀ, ਕੀ ਹਾਲ ਹੈ? ਠੀਕ ਹੈ, ਮੇਰਾ ਨਾਮ ਰਾਏ ਸਬਦਰ, ਤੁਸੀਂ ਵੇਖਦੇ ਹੋ ਯੂਟਿਊਬ ਚੈਨਲ ਤੇ ਬਿਸਮਿਲਾ ਕਰ। ਅੱਜ ਦਾ ਵਲੋਗ ਕਰੀਏ ਸ਼ੁਰੂ। ਵਲੋਗ ਬੜਾ ਡਾਢਾ ਹੈਗਾ ਜੇ, ਅਤੇ ਮੇਰਾ ਖਿਆਲ ਹੈ ਕਿ ਸਾਡਾ ਆਇਆ ਤਾਂ ਬਿੱਲ ਦਿਲ ਦੀਆਂ ਜੋੜੀਆਂ ਪੀਣਾ, ਝੜਕਣਾ ਤੇਜ਼, ਦਿਲਾਂ 'ਤੇ ਹੱਥ ਰੱਖ ਲਓ ਅਤੇ ਮੰਜੀ ਮੁੰਜੀ ਸੱਜੇ ਖੱਬੇ ਤੁਹਾਡੇ ਕੋਲ ਪਈਏ ਅਤੇ ਬਹਿ ਜਾਓ ਜਿਵੇਂ ਮੈਂ ਬਹਿਣ ਲੱਗਿਆ। ਐਹ ਬਿਸਮਿਲਾ ਰਹਿਮਾਨ, ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਬਿੱਲ ਵੇਖਿਆ ਜੀ? ਇਹ ਬਿੱਲ ਮਾਸ਼ਾ ਮਰੀਅਮ ਨਵਾਜ਼ ਸਾਹਿਬ ਨੇ ਬਿੱਲ ਮਾਸ਼ਾਅੱਲਾ ਪੂਰੇ ਪਾਕਿਸਤਾਨ ਵਾਸਤੇ ਅੱਬਾ ਉਹਨਾਂ ਬੜਾ ਅੱਛਾ ਗਰੀਬਾਂ ਵਾਸਤੇ ਕਰਨ ਡਏ ਨੇ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ। ਅਗਲੀ ਗੱਲ ਫਿਰ ਮੈਂ ਕਰਨਾ, ਦੱਸੋ ਕੀ ਕਰਨਾ? ਬਜ਼ੁਰਗ ਬੰਦੇ ਨਾ ਨਾਰਾਜ਼ ਨਾ ਹੋਣਾ, ਗੱਲ ਇਹ ਹੈ ਕਿ ਸਾਡੀ ਵੀਡੀਓ ਜ਼ਰਾ ਤੁਸੀਂ ਪੂਰੀ ਦੇਖਣੀ ਹੈ। ਤੁਹਾਨੂੰ ਮੈਂ ਬਿੱਲ ਦੇ ਬਾਰੇ ਦੱਸਣ ਲੱਗਿਆ, ਤੁਹਾਡੇ ਵੀ ਰਹਿਨੁਮਾਈ ਵਾਸਤੇ ਜਿਹੜੇ ਮਾੜੇ ਲੋਕ ਨੇ, ਮਰੀਅਮ ਨਵਾਜ਼ ਸਾਹਿਬ ਮਾਸ਼ਾਅੱਲਾ ਬਹੁਤ ਅੱਛਾ ਤਾਮਨ ਕਰ ਰਹੇ ਨੇ। ਅੱਗੇ ਲਿਆ ਕੈਮਰਾਮੈਨ ਸਾਹਿਬ, ਕੈਮਰਾਮੈਨ ਮੇਰਾ ਢਿੱਲਾ ਹੈਗਾ, ਮਰੀਅਮ ਨਵਾਜ਼ ਸਾਹਿਬ ਬਹੁਤ ਅੱਛਾ ਕਰ ਰਹੇ ਨੇ, ਜਿਹੜਾ ਕਿ ਬਣਾ ਰਹੇ ਪੂਰੇ ਪਾਕਿਸਤਾਨ ਵਾਸਤੇ ਬੜਾ ਅੱਛਾ ਤਾਮਨ ਕਰ ਰਹੇ ਨੇ। ਅਤੇ ਬਈ ਸਾਨੂੰ ਤਾਂ ਬੜੀ ਖੁਸ਼ੀ ਹੈ, ਨਹੀਂ ਤਾਂ ਲੋਕਾਂ ਦੇ ਬਿੱਲਾਂ ਦੀ ਵਜ੍ਹਾ ਤੋਂ ਖੁਦਕੁਸ਼ੀਆਂ ਹੋ ਰਹੀਆਂ ਸਨ, ਬਿੱਲਾਂ ਦੀ ਵਜ੍ਹਾ ਤੋਂ ਪਤਾ ਨਹੀਂ ਕੀ ਲੋਕ ਕਰ ਰਹੇ ਸਨ। ਕਿਉਂ ਜੀ ਮਾਰ ਰਹੇ ਸਨ, ਕਿੱਧਰ ਵੇਚੀਏ, ਕਿੱਧਰ ਵੇਚੀਏ? ਲੇਕਿਨ ਮੈਂ ਬੜਾ ਖੁਸ਼ ਹਾਂ, ਮਰੀਅਮ ਨਵਾਜ਼ ਸਾਹਿਬ ਪਾਕਿਸਤਾਨ ਜ਼ਿੰਦਾਬਾਦ। ਇਸੇ ਤਰੀਕੇ ਤੁਸੀਂ ਮਰੀਅਮ ਨਵਾਜ਼ ਸਾਹਿਬ ਤਾਮਨ ਕਰਦੇ ਰਹੇ, ਇਹਨਾਂ ਬਿੱਲ ਦੇ ਕੰਟਰੋਲ ਕਰਦੇ, ਬਾਕੀ ਚੀਜ਼ਾਂ ਦੇ ਮਾਸ਼ਾਅੱਲਾ ਕੰਟਰੋਲ ਕਰਨ, ਤਾਂ ਮੇਰਾ ਖਿਆਲ ਹੈ ਪਾਕਿਸਤਾਨ ਸਾਡਾ ਯੂਰਪ ਬਣ ਜਾਏਗਾ, ਸਾਊਦੀ ਅਰਬ ਦਾ ਬਣ ਜਾਏਗਾ ਇਨਸ਼ਾਅੱਲਾ। ਅਤੇ ਮੈਨੂੰ ਤਾਂ ਬਾਈ ਬੜੀ ਖੁਸ਼ੀ ਹੋਈ ਹੈ, ਮਾਸ਼ਾਅੱਲਾ ਬਿੱਲ ਤਾਂ ਆ ਗਿਆ। ਨਹੀਂ ਤਾਂ ਬਿੱਲ ਤਾਂ ਬਾਈ ਬੜੇ ਬੜੇ ਡਾਢੇ ਡਾਢੇ ਆਪਾਂ ਬਿੱਲ ਆ ਰਹੇ, 40-40 ਹਜ਼ਾਰ ਤਾਂ ਬਿੱਲ ਸਾਨੂੰ ਆਇਆ ਮਾਸ਼ਾਅੱਲਾ, 7000
7796 ਰੁਪਏ ਸਾਡਾ ਖਰਚਾ ਕੋਈ। ਬਾਕੀ ਇਹ ਕਿ ਬਹੁਤ ਅੱਛਾ ਦਾਮਨ ਕਰ ਰਹੇ ਨੇ, ਅੱਲਾ ਪਾਕ ਤੰਦਰੁਸਤੀ ਦੇਵੇ ਨੇ, ਸਟਾਕ ਕਰੇ। ਬਈ ਗੱਲ ਅੱਬਾ ਜੀ ਗੱਲ ਅੱਬਾ ਫਿਰ ਹੱਸਦਾ ਅੱਬਾ ਮੇਰਾ ਹੱਸਦਾ ਵੈਸ ਬਾਰੋ ਕਿ ਸ਼ਾਇਦ ਕੋਈ ਪ੍ਰੋਬਲਮ ਹੈ, ਲੇਕਿਨ ਖੁਦਾ ਦੀ ਕਸਮ ਵੀ ਕੋਈ ਐਸੀ ਮਸਲਾ ਨਹੀਂ ਹੈ। ਮੈਨੂੰ ਤਾਂ ਬਿੱਲ ਨਾਲ ਹੈ, ਸਾਨੂੰ ਤਾਂ ਮਾੜਿਆ ਬੰਦਿਆਂ ਨੂੰ ਸਹੂਲਤ ਚਾਹੀਦੀ ਹੈ, ਸਾਨੂੰ ਤਾਂ ਮਾੜੇ ਬੰਦਿਆਂ ਨੂੰ ਸਹੂਲਤ ਚਾਹੀਦੀ ਹੈ। ਵੀ ਇਹ ਹੁਣ ਆਦਿ ਵਜੋਂ ਤੋਂ ਗੱਲ ਤੋਂ ਹੱਸਦੇ ਪਈ ਹੈ, ਮਦਦ ਚਾਹੁੰਦੇ ਹਾਂ ਸਾਰੇ ਜ਼ਰਾ ਨਾ, ਇਹਨੇ ਇਹਨੂੰ ਹੱਸਣ ਦੀ ਕੁਝ ਬਿਮਾਰੀ ਹੈ। ਅੱਬਾ ਜੀ ਯਾਰ ਹੱਸਣ ਦਾ ਕੋਈ ਮਕਸਦ ਹੈ? ਗਰੀਬ ਬੰਦੇ ਹੈ, ਅੱਲਾ ਤਾਲਾ ਨੂੰ ਕਾਮਯਾਬ ਰੱਖੇ। ਸਾਨੂੰ ਬਾਈ ਇਸ ਚੀਜ਼ਾਂ ਦੀ ਬੰਦੇ ਦੀ ਜ਼ਰੂਰਤ, ਤੇਲ ਰੋਟੀ ਪਾਣੀ ਮਕਾਨ ਕੀ ਆਉਂਦੇ ਜੀ? ਆਟਾ ਤਾਂ ਉਹ ਮੰਗਾ ਸੀ, ਆਟਾ ਉਹ ਮੰਗਾ, ਲੇਕਿਨ ਇਸੇ ਤਰੀਕੇ ਗੈਸ ਗੂਸ ਵੀ ਸਾਡੀ ਇੱਕ ਮੈਂ ਗੈਸ ਗੂਸ ਵੀ ਥੋੜ੍ਹਾ ਜਿਹਾ ਹੋ ਜਾਵੇ ਕੰਮ ਅੰਦਰ ਵੀ ਕੰਮ ਹੋ ਜਾਵੇ, ਕੀ ਕਹਿੰਦੇ ਨੇ ਕੰਟਰੋਲ ਹੋ ਜਾਵੇ ਤੇ ਬਾਕੀ ਠੀਕ ਹੋ ਜਾ ਅਸੀਂ ਇਨਸ਼ਾਲਾ। ਤੇ ਸਾਨੂੰ ਤਾਂ ਬਾਈ ਬੜੀ ਖੁਸ਼ੀ ਹੈ, ਅਸੀਂ ਰਾਜ਼ੀ ਹੈ। ਅੱਲਾ ਪਾਕ ਹੁਣ ਤੰਦਰੁਸਤ ਦੇਵੇ ਉਹਨੂੰ, ਹਜਾ ਕਰਾਵੇ ਤੇ ਉਮਰਾ ਕਰਾਵੇ ਉਹਨਾਂ ਨੂੰ ਸਾਰੇ ਜੀਆਂ ਨੂੰ। ਸਾਡੀ ਇਹ ਵੀਡੀਓ ਤੁਸੀਂ ਕਰਨੀ ਹੈ ਸ਼ੇਅਰ, ਤੇ ਮਰੀਮ ਨੂੰ ਆਦ ਤੱਕ ਪਹੁੰਚਣੀ ਚਾਹੀਦੀ ਹੈ। ਬਈ ਇਸੇ ਤਰੀਕੇ ਬਹੁਤ ਅੱਛਾ ਕੰਮ ਕਰ ਰਹੇ ਨੇ, ਬਹੁਤ ਅੱਛਾ ਤਾਮ ਕਰ ਰਹੇ, ਬਹੁਤ ਅੱਛੀ ਹਕੂਮਤ ਕਰ ਰਹੇ ਨੇ। ਅਸੀਂ ਬਈ ਖੁਸ਼ ਹੈ ਲੋਕਾਂ ਵਾਸਤੇ, ਵੇਖੋ ਨਾ 15-15 ਲੱਖ ਰੁਪਈਆ ਮੀਂਹ ਕੱਢੀ ਖੜੇ ਨੇ। ਹਾਂਜੀ, ਤੇ ਇਸੇ ਤਰੀਕੇ ਸਿਸਟਮ ਚੱਲਣਾ ਹੈ। ਮਾੜਾ ਬੰਦਾ ਉੱਥੇ ਇੱਕ ਬੰਦੇ ਨੂੰ 15 ਲੱਖ ਰੁਪਈਆ ਦੇ ਦੀ, ਉਹ ਤਾਂ ਬੰਦਾ ਉੱਥੇ ਹੀ ਚਲਾ ਜਾਏਗਾ। ਪਹਿਲੇ ਦਿਨ ਮਹੀਨੇ ਤੇ ਫਿਰ ਉਹਨੇ ਦੇਣੀ ਨਹੀਂ ਕਿਸ਼ਤ, ਅਗਾਂਹ ਉਹਨੇ 14-14 ਰੁਪਇਆ ਕਰੇ ਕਿਸ਼ਤ ਦੇਣੀ। ਚਲੋ ਇਸੇ ਬਹਾਨੇ ਬੰਦਾ ਫਿੱਟ ਹੋ ਜਾਂਦਾ, ਲੇਕਿਨ ਸਾਡੀ ਜਿਹੜਾ ਬੰਦਾ ਵੀਡੀਓ ਵੇਖਦਾ ਪਿਆ, ਸਾਡੀ ਵੀਡੀਓ ਨੂੰ ਸ਼ੇਅਰ ਕਰੋ ਤੇ ਲਾਈਕ ਕਰੋ ਤੇ ਸਬਸਕ੍ਰਾਈਬ ਕਰੋ ਤੇ ਵੀਡੀਓ ਅੱਗੇ ਸ਼ੇਅਰ ਕਰੋ ਤਾਂ ਕਿ ਮਰੀਮ ਨਵਾਜ਼ ਤੱਕ ਪਹੁੰਚੇ। ਸਾਡਾ ਸਲੂਟ ਵੀ ਹੈਗਾ ਮਰੀਮ ਨਵਾਜ਼ ਨੂੰ, ਪਾਕਿਸਤਾਨ ਜ਼ਿੰਦਾਬਾਦ।